ਬੱਲਾ ਵਾਸੀ ਨੌਜਵਾਨ ਗੋਲਡੀ ਦੀ ਮਿਲੀ ਲਾਵਾਰਸ ਲਾਸ਼ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਕੇਸ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਏਡੀਸੀਪੀ ਪੂਰਬੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਲਾਸ਼ 25 ਮਈ ਨੂੰ ਮਹਿਤਾ ਰੋਡ ਸਥਿਤ ਕਰਜ਼ਾ ਦਫ਼ਤਰ ਕੋਲੋਂ ਬਰਾਮਦ ਹੋਈ ਸੀ ਅਤੇ ਪੋਸਟਮਾਰਟਮ ਦੀ ਰਿਪੋਰਟ ਵਿੱਚ ਮੌਤ ਦਾ ਕਾਰਨ ਸਿਰ ਵਿੱਚ ਲੱਗੀ ਸੱਟ ਦੱਸਿਆ ਗਿਆ ਸੀ। 23 ਅਗਸਤ ਨੂੰ ਇਸ ਸੰਬੰਧ ਵਿੱਚ ਥਾਣਾ ਮਕਬੂਲਪੁਰਾ ਵਿਖੇ ਆਈਪੀਸੀ ਦੀ ਧਾਰਾ 302 ਹੇਠ ਕਤਲ ਕੇਸ ਦਰਜ ਕੀਤਾ ਗਿਆ। ਉਹਨਾਂ ਨੇ ਆਖਿਆ ਕਿ ਇਸ ਮਾਮਲੇ ਵਿੱਚ ਗੁਰਪਾਲ ਸਿੰਘ ਉਰਫ ਕਾਲਾ ਅਤੇ ਪੰਡਿਤ ਦਰਸ਼ਨ ਲਾਲ ਉਰਫ ਵਿੱਕਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਕੋਲੋਂ ਘਟਨਾ ਦੌਰਾਨ ਵਰਤਿਆ ਡੰਡਾ ਅਤੇ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਉਹਨਾਂ ਨੇ ਦੱਸਿਆ ਕਿ 24 ਮਈ ਨੂੰ ਕਾਲਾ ਅਤੇ ਵਿੱਕਾ ਦਾ ਗੋਲਡੀ ਨਾਲ 500 ਰੁਪਏ ਦੀ ਵੰਡ ਨੂੰ ਲੈ ਕੇ ਝਗੜਾ ਹੋਇਆ ਅਤੇ ਝਗੜੇ ਦੌਰਾਨ ਗੁਰਪਾਲ ਸਿੰਘ ਨੇ ਗੋਲਡੀ ਦੇ ਸਿਰ ਵਿੱਚ ਡਾਂਗ ਨਾਲ ਸੱਟ ਮਾਰੀ ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ 25 ਮਈ ਨੂੰ ਇੱਕ ਗੋਲਡੀ ਨਾਮੀ ਵਿਅਕਤੀ ਦਾ ਜਿਹੜੀ ਲਾਸ਼ ਹੈ ਉਹ ਕਰਜ਼ਾ ਦਫ਼ਤਰ ਮਹਿਤਾ ਰੋਡ ਦੇ ਕੋਲ ਬਰਾਮਦ ਹੋਈ ਸੀ। ਪੋਸਟਮਾਰਟਮ ਤੋਂ ਬਾਅਦ ਜਿਹੜਾ ਹੈ ਇਸ ਦੇ ਸਿਰ ਦੇ ਵਿੱਚ ਸੱਟ ਲੱਗੀ ਦੱਸੀ ਗਈ, ਜਿਸ ਤੋਂ ਬਾਅਦ ਥਾਣਾ ਰਾਮਬਾਗ ਵਿਖੇ ਮਕਬੂਲਪੁਰਾ ਜਿਸ ਦੀ ਕਿ FIR ਰਾਮਬਾਗ ਵਿਖੇ ਹੁੰਦੀ ਹੈ ਦਰਜ, ਉੱਥੇ FIR ਨੰਬਰ 87 ਅੰਡਰ ਸੈਕਸ਼ਨ 302 ਦਰਜ ਕੀਤੀ ਗਈ ਹੈ। ਦੌਰਾਨੇ ਤਫਤੀਸ਼ ਜਿਹੜੀ ਹੈ ਇਹ ਗੱਲ ਸਾਹਮਣੇ ਆਈ ਕਿ ਗੋਲਡੀ ਜਿਹੜਾ ਹੈ ਇੱਕ ਸ਼ਰਾਬ ਦੇ ਠੇਕੇਦਾਰ ਕੋਲ ਕੰਮ ਕਰਦਾ ਸੀ। ਇਸ ਦੇ ਨਾਲ ਇਸ ਦੇ ਦੋ ਸਾਥੀ ਜਿਹੜੇ ਕਿ ਗੁਰਪਾਲ ਸਿੰਘ ਉਰਫ ਕਾਲਾ ਅਤੇ ਪੰਡਿਤ ਦਰਸ਼ਨ ਲਾਲ ਉਰਫ ਵਿੱਕਾ ਇਹ ਵੀ ਕੰਮ ਕਰਦੇ ਸੀ। ਡਿਊਰਿੰਗ ਇਨਵੈਸਟੀਗੇਸ਼ਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋ ਵਿਅਕਤੀ ਗੋਲਡੀ ਨਾਲ ਉਸਨੂੰ ਲੈ ਕੇ ਗਏ ਸੀ ਮੋਟਰਸਾਈਕਲ 'ਤੇ, ਅਤੇ ਇਹਨਾਂ ਨੇ ਨਸ਼ਾ ਵਗੈਰਾ ਕੀਤਾ ਅਤੇ ਨਸ਼ਾ ਵਗੈਰਾ ਕਰਨ ਤੋਂ ਬਾਅਦ ਹੀ ਆਪਸ ਦੇ ਵਿੱਚ ਇਹਨਾਂ ਦੀ ਨਸ਼ੇ ਕਾਰਨ ਹੀ ਲੜਾਈ ਹੋ ਗਈ। ਉਸੇ ਲੜਾਈ ਦੌਰਾਨ ਜਿਹੜਾ ਹੈ ਕਾਲੇ ਨੇ ਗੋਲਡੀ ਨੂੰ ਡੰਡੇ ਦੇ ਨਾਲ ਸਿਰ 'ਤੇ ਉਹਦਾ ਵਾਰ ਕੀਤਾ ਅਤੇ ਇਸੇ ਲੜਾਈ ਦੌਰਾਨ ਉਸਦੀ ਮੌਤ ਹੋ ਗਈ। ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪੈਸਿਆਂ ਦਾ ਵੀ ਥੋੜ੍ਹਾ ਜਿਹਾ ਇਹਨਾਂ ਦਾ ਰੌਲਾ ਸੀ। ਹਾਂਜੀ, ਬੇਸਿਕਲੀ ਗੱਲ ਇਹ ਸਾਹਮਣੇ ਆਈ ਹੈ ਕਿ ਇਹ ਨਸ਼ੇ ਕਰਨ ਦੇ ਆਦੀ ਸੀ। ਇਹਨਾਂ ਦੇ ਕੋਲੋਂ ਕਿਸੇ ਇੱਕ ਕੋਲੋਂ 500 ਰੁਪਏ ਸੀ। ਉਹ 500 ਰੁਪਏ ਦੇ ਜਿਹੜਾ ਹੈ ਨਸ਼ੇ ਕਾਰਨ ਨਸ਼ੇ ਨੂੰ ਖਰੀਦਣ ਵਾਸਤੇ ਇਹਨਾਂ ਦੀ ਆਪਸ 'ਚ ਲੜਾਈ ਹੋਈ ਹੈ ਅਤੇ ਉਸੇ ਕਾਰਨ ਜਿਹੜੀ ਹੈ ਲੜਾਈ ਦੇ ਦੌਰਾਨ ਕਾਲੇ ਵੱਲੋਂ ਡੰਡੇ ਦੇ ਨਾਲ ਜਿਹੜਾ ਹੈਗਾ ਵਾਰ ਕੀਤਾ ਗਿਆ ਅਤੇ ਉਸ ਜਿਸ ਦੌਰਾਨ ਉਸਦੀ ਮੌਤ ਹੋ ਗਈ। ਗ੍ਰਿਫਤਾਰੀ ਹੋ ਗਈ ਕਾਤਲਾਂ ਦੇ ਦੌਰਾਨ? ਹਾਂਜੀ ਹਾਂਜੀ। ਜਿਹੜੀ ਮੁੱਢਲੀ ਪੁੱਛਗਿੱਛ ਹੈ ਜੋ ਤੁਹਾਨੂੰ ਬਰੀਫ ਕੀਤਾ ਗਿਆ ਉਹੀ ਹੈ।